ਜ਼ਿਲ੍ਹਾ ਗੁਰਦਾਸਪੁਰ 'ਚ ਭਾਜਪਾ ਨੇਤਾਵਾਂ ਵੱਲੋਂ ਕਾਂਗਰਸ ਸਰਕਾਰ ਦੇ ਵਿਰੋਧ 'ਚ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਕਿ 6 ਮਹੀਨੇ ਪੂਰੇ ਹੋਣ ਦੇ ਬਾਵਜੂਦ ਵੀ ਕਾਂਗਰਸ ਸਰਕਾਰ ਆਪਣੇ ਵਾਅਦੇ ਪੂਰੇ ਨਹੀਂ ਕਰ ਰਹੀ। ਦੂਜੇ ਪਾਸੇ ਇਸ ਵਿਰੋਧ ਪ੍ਰਦਰਸ਼ਨ 'ਚ ਸਿਰਫ 50 ਲੋਕ ਹੀ ਸ਼ਾਮਲ ਸਨ। ਗੁਰਦਾਸਪੁਰ 'ਚ ਹੋਣ ਵਾਲੀਆਂ ਚੋਣਾਂ ਸਿਰ ਤੇ ਹੋਣ ਦੇ ਬਾਵਜੂਦ ਭਾਜਪਾ ਦਾ ਕੋਈ ਵੱਡਾ ਨੇਤਾ ਇਸ ਪ੍ਰਦਰਸ਼ਨ 'ਚ ਸ਼ਾਮਲ ਨਹੀਂ ਹੋਇਆ, ਜਿਸ ਤੋਂ ਇਹ ਲੱਗ ਰਿਹਾ ਸੀ ਕਿ ਇਹ ਵਿਰੋਧ ਪ੍ਰਦਰਸ਼ਨ ਮਹਿਜ਼ ਇੱਕ ਫਲੌਪ ਸ਼ੋਅ ਬਣ ਕੇ ਹੀ ਰਹਿ ਗਿਆ ਹੋਵੇ। ਇਹ ਜਿਹੜਾ ਧਰਨਾ ਅੱਜ ਗੁਰਦਾਸਪੁਰ ਦੇ ਵਿੱਚ, ਜਿਹੜੀ ਸਰਕਾਰ 7 ਮਹੀਨੇ ਤੋਂ ਪੰਜਾਬ ਦੇ ਵਿੱਚ ਸੱਤਾ ਦਾ ਭੋਗ ਰਹੀ ਹੈ, ਜਿਹੜੀ ਨੌਜਵਾਨਾਂ ਨਾਲ ਅਤੇ ਜ਼ਿਮੀਂਦਾਰਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਕਿਸਾਨੀ ਕਰਜ਼ਾ ਮਾਫ਼ੀ, ਨੌਜਵਾਨਾਂ ਨੂੰ ਨੌਕਰੀ, ਮਹਿੰਗਾਈ ਭੱਤਾ, ਸਮਾਰਟਫੋਨ, 6 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਨੇ ਬਜਟ ਪੇਸ਼ ਕੀਤਾ, ਉਸ ਬਜਟ ਦੇ ਵਿੱਚ 95,000 ਕਰੋੜ ਰੁਪਏ ਦਾ ਕਿਸਾਨੀ ਕਰਜ਼ਾ ਵਾ ਅਤੇ ਕਰਜ਼ੇ ਮਾਫ਼ੀ ਵਾਸਤੇ ਸਿਰਫ 1500 ਕਰੋੜ ਰੁਪਈਆ ਰੱਖਿਆ। ਕਿਸੇ ਵੀ ਨੌਕਰੀ ਵਾਸਤੇ ਜਾਂ ਕਿਸੇ ਮਹਿੰਗਾਈ ਭੱਤੇ ਵਾਸਤੇ ਕੋਈ ਬਜਟ ਦੇ ਵਿੱਚ ਇਹਨਾਂ ਨੇ ਐਲੋਗੇਸ਼ਨ ਨਹੀਂ ਕੀਤੀ, ਇਹਨਾਂ ਦੇ ਸਾਰੇ ਝੂਠੇ ਵਾਅਦੇ ਸੀ। ਕੈਪਟਨ ਸਰਕਾਰ ਤੋਂ ਲੋਕ 6 ਮਹੀਨਿਆਂ ਦੇ ਵਿੱਚ ਹੀ ਤਰਾਈ ਮਾਮ ਇਹ ਸਰਕਾਰ ਤੋਂ ਕਰ ਗਏ ਆ, ਸਵਾਏ ਝੂਠੇ ਪਰਚਿਆਂ ਤੋਂ ਇਲਾਵਾ ਇਸ ਸਰਕਾਰ ਨੇ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਕੀਤਾ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।